ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਮੂਣਕ ਵਿਖੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ ਵਿੱਚ ਲੱਡੂ ਵੰਡ ਕੇ ਵਰਕਰਾਂ ਨੇ ਖੁਸ਼ੀ ਕੀਤੀ ਜ਼ਾਹਰ। ਤੁਹਾਨੂੰ ਦੱਸ ਦਈਏ ਕਿ ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਉਮੀਦਵਾਰ ਸੰਗਰੂਰ ਜ਼ਿਮਨੀ ਚੋਣਾਂ ਦੇ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਕਿ ਚੋਣ ਨਿਸ਼ਾਨ ਬਾਲਟੀ ਤੋਂ ਲੜ ਰਹੇ ਸੀ ਉਹਨਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਜਿਸ ਦੇ ਚੱਲਦਿਆਂ ਮੂਣਕ ਵਿਖੇ ਵਰਕਰਾਂ ਨੇ ਜਿੱਥੇ ਲੱਡੂ ਵੰਡ ਕੇ ਆਪਣੀ ਖੁਸ਼ੀ ਨੂੰ ਜ਼ਾਹਰ ਕੀਤਾ, ਉੱਥੇ ਹੀ ਉਹਨਾਂ ਨੇ ਆਸ਼ਵਾਜੀ ਕਰਕੇ ਵੀ ਕਿਹਾ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਿੱਤ ਪੱਕੀ ਸੀ ਕਿਉਂਕਿ ਉਹ ਹਰ ਸਮੇਂ ਲੋਕਾਂ ਦੇ ਨਾਲ ਤਤਪਰ ਸਾਥ ਦੇਣ ਲਈ ਤਿਆਰ ਰਹਿੰਦੇ ਸਨ। ਇਸ ਸਮੇਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ ਵਿੱਚ ਉਹਨਾਂ ਨੇ ਭੰਗੜੇ ਵੀ ਪਵਾਏ। ਬਾਈ ਜੀ, ਕਾਫੀ ਦੇਰ ਬਾਅਦ ਆਪਣਾ ਸਿਮਰਜੀਤ ਸਿੰਘ ਮਾਨ ਨੂੰ ਲੋਕ ਸਭਾ ਜਾਣ ਦਾ ਮੌਕਾ ਮਿਲਿਆ, ਕਿਵੇਂ ਦੇਖਦੇ ਹੋ ਤੁਸੀਂ? ਇਹ ਬਹੁਤ ਵਧੀਆ ਹੋਇਆ ਜੀ। ਅੱਜ ਅਸਲ 'ਚ ਨਵੇਂ ਪੰਜਾਬ ਦੀ ਨਵੇਂ ਪੰਜਾਬ ਦੀ ਸਥਾਪਨਾ ਹੋਈ ਹੈ। ਜੇ ਦੇਖੀਏ ਪਿਛਲੇ ਕਈ ਸਰਕਾਰਾਂ ਬਣੀਆਂ, ਪਰ ਅੱਜ ਅਸਲੀ ਮਾਨ ਸਾਹਿਬ ਜਿੱਤ ਕੇ ਅਸਲੀ ਪੰਜਾਬ ਦੀ ਸਥਾਪਨਾ ਅੱਜ ਹੋਈ ਹੈ। ਅੱਜ ਅਸਲੀ ਪੰਜਾਬ ਆਪਣੇ ਅਸਲੀ ਰੂਪ 'ਚ ਆਇਆ ਅਤੇ ਬਹੁਤ ਵਧੀਆ ਲੱਗਾ ਮਾਨ ਸਾਹਿਬ ਜੀ। ਨਹੀਂ, ਪੰਜਾਬ ਤਾਂ ਪਹਿਲਾਂ ਵੀ ਕਹਿੰਦਾ ਸੀ ਬਦਲਾਓ ਲੈ ਕੇ ਆਇਆ ਸੀ। ਆਮ ਆਦਮੀ ਪਾਰਟੀ ਦਾ ਬਹੁਤ ਜਾਣੀ ਕਿ ਵਿਧਾਨ ਸਭਾ ਦੇ ਵਿੱਚ 92 ਮੈਂਬਰ ਜਿਤਾਉਣੇ ਪੰਜਾਬ ਲਈ ਇੱਕ ਬਹੁਤ ਵੱਡੀ ਗੱਲ ਸੀ। ਅੱਜ ਇੱਕਦਮ ਕਿਉਂ ਬਦਲਾਵ ਆ ਗਿਆ ਇਹ ਸੰਗਰੂਰ ਹੈ ਜੀ, ਇਹ ਸੰਗਰੂਰ ਦੀ ਲੈ, ਵੱਡੇ ਵੱਡਿਆਂ ਦੀ ਗੋਲੀਆਂ ਲਵਾਈਆਂ ਨੇ। ਇਹ ਸਭ ਬਦਲਾਵ ਇੱਥੋਂ ਹੀ ਹੁੰਦੇ ਨੇ। ਇੱਥੋਂ ਹੀ ਪਹਿਲਾਂ ਕੀਤਾ ਸੀ ਜਦੋਂ BJP ਜਿੱਤ ਰਹੀ ਸੀ, ਇੱਥੋਂ ਹੀ CM ਭਗਵੰਤ ਮਾਨ ਸਾਹਿਬ ਜਿੱਤੇ ਸਨ ਅਤੇ ਅੱਜ ਮਾਨ ਸਾਹਿਬ ਇੱਥੋਂ ਜਿੱਤੇ ਨੇ। ਇਹ ਬਦਲਾਵ ਸੰਗਰੂਰ ਲਿਆਉਂਦਾ ਜੀ, ਪੰਜਾਬ 'ਚ ਸਭ ਤੋਂ ਵੱਧ ਬਦਲਾਵ ਸੰਗਰੂਰ ਨੇ ਲਿਆਉਂਦੇ ਨੇ। ਤੁਹਾਨੂੰ ਕਿਹੜੀਆਂ ਆਸਾਂ ਨੇ ਜਿਹੜੀਆਂ ਮਾਨ ਸਾਹਿਬ ਵਿਧਾਨ ਸਭਾ 'ਚ ਚੁੱਕਣਗੇ? ਪਹਿਲਾ ਜੀ ਪਾਣੀ ਦਾ ਮੁੱਦਾ, ਦੂਜਾ ਜੀ ਸਿੱਖਾਂ ਦੀ ਰਿਹਾਈ, ਤੀਜਾ ਜੀ ਸਿੱਖਾਂ ਦੀ ਰਿਹਾਈ ਜੀ, ਅਤੇ ਆਪਣਾ ਪੰਜਾਬੀ ਬੋਲੀ ਅਤੇ ਆਪਣਾ ਨੌਕਰੀਆਂ ਦੇ ਮੁੱਦੇ ਜੀ। ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਮਾਨ ਦੀ ਜਿੱਤ ਦੀ ਖੁਸ਼ੀ ਦੇ ਵਿੱਚ? ਮੈਂ ਅੱਜ ਕਹਿਣਾ ਚਾਹੁੰਦਾ ਜੀ, ਅਸਲ 'ਚ ਅੱਜ ਪੰਜਾਬ ਦੀ ਸਥਾਪਨਾ ਹੋਈ ਹੈ ਅਤੇ ਅੱਜ ਅਸਲ ਆਪਣੇ ਪੰਜਾਬ ਅਸਲੀ ਰੂਪ 'ਚ ਆਇਆ। ਸਾਨੂੰ ਖੁਸ਼ੀ ਹੋਣੀ ਚਾਹੀਦੀ ਕਿ ਮਾਨ ਸਾਹਿਬ ਜਿੱਤੇ ਨੇ। ਇੱਥੋਂ ਸਾਡਾ ਪੰਜਾਬ ਅੱਜ ਅੱਗੇ ਵਧੇਗਾ, ਨੌਜਵਾਨ ਪੀੜ੍ਹੀ ਹੈ ਉਹਨੇ ਬਦਲਾਅ ਲਿਆਂਦਾ ਅਤੇ ਅੱਗੇ ਨੌਜਵਾਨ ਪੀੜ੍ਹੀ ਵੀ ਬਦਲਾਅ ਲਿਆਏਗੀ ਪੰਜਾਬ ਦੇ। ਉਹ ਕੋਈ ਵਧੀਆ ਸੋਚ ਨਹੀਂ ਹੁੰਦੀ, ਜਿਵੇਂ ਮਕੋੜ ਵਾਲਾ ਸ਼ਾਮਾ ਸੀ ਉਹ ਚੇਅਰਮੈਨ ਜਿੱਤਿਆ ਸੀ, ਇੱਥੇ ਲਾਲ ਸਿੰਘ ਮੂਣਕ ਦੇ ਵਿੱਚ ਆਇਆ ਸੀ, ਮੈਂ ਵੀ ਉਸ ਟਾਈਮ ਮੌਕੇ ਦੇ ਦੀ। ਉਹ ਕੁਰਸੀ ਨੂੰ ਫੜ ਕੇ ਨਾ ਆਪਦੀ ਨੂੰ ਛੱਡ ਕੇ ਹੋਮ ਗਾਰਡੀਅਨ ਨੂੰ ਕਹੀ ਜਾਵੇ ਬਹਿ ਜਾ ਕੁਰਸੀ ਤੇ, ਉਹ ਬੈਠੇ ਨਾ। ਉਹ ਬੈਠੇ ਕਿਵੇਂ? ਉੱਧਰ ਚੇਅਰਮੈਨ ਸਾਹਿਬ ਨੇ, ਉੱਧਰ ਮੰਤਰੀ ਸਾਹਿਬ ਆਏ ਹੋਏ ਨੇ, ਉਹਦੇ ਵਾਂਗੂ ਭਗਵੰਤ ਮਾਨ ਨੂੰ ਵੀ ਕੋਈ ਪਤਾ ਨਹੀਂ ਮੈਂ ਕਿਹੜੀ ਕੁਰਸੀ ਤੇ ਬੈਠਿਆ। ਉਹਨੂੰ ਇਹੀ ਗਿਆਨ ਨਹੀਂ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ। ਉਹ ਮੂਹਰੇ ਜਾਂਦਾ ਗੱਡੀ ਦੇ ਅੱਗੇ ਕੀ ਲਾਉਂਦਾ ਦੱਬਣ ਨੂੰ ਫਿਰਦੇ ਨੇ। ਉਹ ਲਾਣਤ ਇਸ ਸੋਚ ਨੂੰ, ਸੋਚ ਜਨਤਾ ਦਾ ਮੁੱਖ ਮੰਤਰੀ ਹੋਵੇ, ਸੋਚ ਆਉਣੀ ਚਾਹੀਦੀ ਆ ਜਨਤਾ ਪ੍ਰਤੀ। ਉਹਨੂੰ ਤਾਂ ਚਾਹੇ ਜਨਤਾ ਕੁਛ ਵੀ ਆਖੇ, ਉਹਦੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ, ਗੈਰਤ ਹੋਣੀ ਚਾਹੀਦੀ ਹੈ ਇੱਕ ਪੰਜਾਬ ਦਾ ਮੁੱਖ ਮੰਤਰੀ। ਮੈਂ ਪੁੱਛਿਆ ਸੀ ਉਹਨੂੰ, ਉਹਦੇ ਉੱਥੇ ਜਾ ਕੇ ਆਏ ਹੋਏ ਸੀ ਉਹਦੇ ਬੰਦੇ ਹੋਤੀਪੁਰ ਬੱਬੀ ਸਰਪੰਚ ਕੋਲੇ, ਮੈਂ ਉੱਥੇ ਪੁੱਛਿਆ ਸੀ ਇਹ ਸਵਾਲ। ਲਾਣਤ ਹੈ, ਅਸੀਂ ਬਹੁਤ ਵਧੀਆ ਵਧਾਈਆਂ ਦਿੰਦੇ ਹਾਂ ਭਗਵੰਤ ਮਾਨ ਨੂੰ, ਬਹੁਤ ਉੱਚਾ ਸੁੱਚਾ ਸਮਝਦੇ ਹਾਂ, ਪਰ ਜਦੋਂ ਇਹ ਗੱਲ ਕਹਿੰਦਾ ਹੈ ਨਾ ਸਿੰਨੇ ਚਾਰੀ ਫਿਰ ਜਾਂਦੀ ਹੈ। ਇੱਕ ਮੁੱਖ ਮੰਤਰੀ ਪੰਜਾਬ ਦਾ, ਦੇਸ਼ਾਂ ਦੇ ਵਿੱਚ ਹਵਾ ਹੋਵੇ, ਬੋਲੀ ਕਿੱਥੇ ਹੋਵੇ ਜੀਰੋ ਬੈਲੈਂਸ ਤੇ। ਇਹੋ ਜਿਹੇ ਮੁੱਖ ਮੰਤਰੀ ਨੂੰ ਇਹ ਬੋਲੀਆਂ ਬਦਲ ਦੇਣੀ ਚਾਹੀਦੀਆਂ ਨੇ। ਇਹ ਬੋਲੀ ਕਾਰਨ ਭਗਵੰਤ ਮਾਨ ਨੂੰ ਹਾਰ ਦਾ ਸਾਹਮਣਾ ਦੇਖਣਾ ਪਿਆ। ਇਹ ਲਾਉਂਦਾ ਦੀ 5 ਲੱਖ ਤੇ ਜਿੱਤ, ਪਿੱਛੇ 5 ਲੱਖ ਦੀ ਜਿੱਤ ਨਾਲ ਜਿੱਤੀ ਹੋਈ ਆਮ ਪਾਰਟੀ ਇਸ ਹਲਕੇ ਦੇ ਵਿੱਚ, ਅੱਜ ਜੀਰੋ ਬੈਲੈਂਸ ਤੇ ਆ ਗਈ। ਜੇ ਕਿਤੇ ਕੰਮ ਦੀ ਸਮੋਂ ਨਾ ਹੁੰਦੀ ਨਾ ਅਸੀਂ 2.5 ਲੱਖ ਤੇ ਜਿੱਤਦੇ। ਇਹਨੂੰ ਐ ਪਤਾ ਲਾ ਦਿੰਦੇ ਵੀ ਭਗਵੰਤ ਮਾਨ ਜਨਤਾ ਕੋਲੇ ਕੁਛ ਹੁੰਦਾ ਹੈ, ਜਨਤਾ ਦਾ ਸਮਰਥ ਤੇ ਹੁੰਦਾ ਹੈ ਜੋ ਕੁਛ ਹੁੰਦਾ ਹੈ। ਕਿਹੜੇ ਮੁੱਦੇ ਨੇ ਜਿਹੜੇ ਤੁਹਾਡੇ ਲੋਕ ਸਭਾ ਦੇ ਵਿੱਚ ਜਾ ਕੇ ਮਾਨ ਸਾਹਿਬ ਚੱਕਣਗੇ? ਸਾਡੇ ਲੋਕ ਸਭਾ ਜਾ ਕੇ ਜਿਹੜੇ ਮੁੱਦੇ ਨੇ ਮਾਨ ਸਾਹਿਬ ਚੱਕਣਗੇ, ਅਸੀਂ ਤਾਂ ਸਭ ਤੋਂ ਵੱਡਾ ਇਹੀ ਮੁੱਦਾ ਚੱਕਦੇ ਹਾਂ ਵੀ ਸਾਡੀ ਜੋ ਨਿਮਰਤਾ ਹੈ, ਮਾਨ ਸਾਹਿਬ ਦੀ ਜੋ ਸੋਚ ਹੈ ਨਿਮਰਤਾ, ਇੱਕ ਇਨਸਾਨ ਨੂੰ ਇਨਸਾਨ ਸਮਝਣਾ, ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਚਾਹੇ ਕੋਈ ਧਰਮ ਹੈ, ਉਹਨਾਂ ਬਾਰੇ ਸਿੱਖ ਕੌਮ ਬਹੁਤ ਵਧੀਆ ਉੱਚੀ ਤੇ ਸੁੱਚੀ ਸੋਚ ਸੋਚਦੀ ਰਹਿੰਦੀ ਹੈ ਤੇ ਅਸੀਂ ਉਹ ਸੋਚ ਦੇ ਵਿੱਚ ਨਹੀਂ ਜੀਣਾ ਚਾਹੁੰਦੇ। ਮੈਂ